ਇੱਕ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦਾ ਕਤਲ ਕੀਤਾ ਗਿਆ। ਸੁੱਤੇ ਪਏ ਭਰਾ ਦੇ ਵੀ ਸੱਟਾਂ ਮਾਰੀਆਂ ਨੇ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਰਾਤ 3 ਵਜੇ ਪਿਓ ਪੁੱਤ ਸੁੱਤੇ ਹੋਏ ਸੀ ਔਰ ਉਹਨਾਂ ਦਾ ਇੱਕ ਬੇਟਾ ਜਿਸ ਨੇ ਆਪਣੇ ਪਿਓ ਤੇ ਭਰਾ ਤੇ ਜਾਨਲੇਵਾ ਹਮਲਾ ਕੀਤਾ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਪਿਤਾ ਨੇ ਦਮ ਤੋੜ ਦਿੱਤਾ ਔਰ ਭਰਾ ਨੂੰ DMC ਦੇ ਵਿੱਚ ਰੈਫਰ ਕੀਤਾ ਗਿਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਇਹ ਬਜ਼ੁਰਗ ਉਹੀ ਹੈ ਜਿਸ ਦਾ ਕਤਲ ਕੀਤਾ ਗਿਆ ਇਸਦੇ ਹੀ ਬੇਟੇ ਦੇ ਵੱਲੋਂ। ਬਰਨਾਲਾ ਦੇ ਪਿੰਡ ਚੌਹਾਨਕੇ ਦੇ ਵਿੱਚ ਇਹ ਵਾਰਦਾਤ ਹੋਈ। ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਜਿਸ ਦੇ ਵੱਲੋਂ ਇਹ ਕਤਲ ਕੀਤਾ ਗਿਆ ਉਹ ਮਾਨਸਿਕ ਤੌਰ 'ਤੇ ਸਹੀ ਨਹੀਂ ਹੈ ਔਰ ਉਸਦੀ ਦਵਾਈ ਚੱਲ ਰਹੀ ਹੈ ਔਰ ਉਸਦੇ ਵੱਲੋਂ ਆਪਣੇ ਪਿਓ ਦਾ ਕਤਲ ਕੀਤਾ ਗਿਆ, ਭਰਾ ਦੇ ਸੱਟਾਂ ਮਾਰੀਆਂ ਗਈਆਂ ਨੇ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੱਸਦੀ ਹੈ ਕਿ ਮਾਨਸਿਕ ਤੌਰ 'ਤੇ ਇਹ ਨੌਜਵਾਨ ਸਹੀ ਨਹੀਂ ਸੀ ਜਿਸ ਦੇ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਗਿਆ। ਰਾਤ ਨੂੰ ਸੁੱਤੇ ਪਏ ਸੀ, ਸੁੱਤੇ ਪਏ ਪਿਓ ਤੇ ਭਰਾ ਤੇ ਹਮਲਾ ਕੀਤਾ ਗਿਆ, ਪਿਓ ਦੀ ਮੌਤ ਹੋ ਗਈ, ਭਰਾ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। ਬਰਨਾਲਾ ਦੇ ਪਿੰਡ ਚੌਹਾਨਕੇ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ। ਸਾਡਾ ਭਾਣਜਾ ਦਾ ਥੋੜਾ ਦਿਮਾਗੀ ਅਫਸਰ ਸੀਗਾ, ਉਹਨੇ ਰਾਤ ਨੂੰ ਤਕਰੀਬਨ 3 ਵਜੇ ਆਪਦੇ ਪਿਓ ਦੇ ਸੱਟਾਂ ਮਾਰੀਆਂ ਤੇ ਆਪਦੇ ਭਰਾ ਦੇ, ਫਿਰ ਉਹਨਾਂ ਨੂੰ ਬਰਨਾਲੇ ਦੇ ਭਰਾ ਸਰਜੀਤ ਸਿੰਘ ਜੀ ਮੁਕਰ ਸਿੰਘ ਲੈ ਕੇ ਆਏ ਇੱਥੇ ਕਿਰਾਇਆ, ਫਿਰ ਇੱਥੋਂ ਰੈਫਰ ਕਰਤਾ ਫਰੀਦਕੋਟ। ਫਰੀਦਕੋਟ ਜਾ ਕੇ ਮੱਘਰ ਸਿੰਘ ਦੀ ਡੈਥ ਹੋ ਗਈ, ਕੁਲਵੰਤ ਸਿੰਘ ਨੂੰ ਜਿਹੜਾ ਲੁਧਿਆਣੇ ਰੈਫਰ ਕਰਤਾ। ਬਸ ਦਿਮਾਗੀ ਅਫਸਰ ਕਰਕੇ, ਬਸ ਉਹਦਾ ਜਿਹੜਾ ਦਿਮਾਗ ਆ ਪੂਰਾ ਕੰਮ ਨਹੀਂ ਕਰਦਾ, ਇਸ ਕਰਕੇ ਮੈਂ ਇਹ ਜਿਹੜੀ ਘਟਨਾ ਉਹਨੂੰ ਇਲਜ਼ਾਮ ਦਿੱਤਾ ਨੇ। 5-6 ਸਾਲ ਤੋਂ ਆ ਜੀ, ਠੀਕ ਹੋ ਜਾਂਦਾ ਗਾ, ਰੁੱਤ ਬਦਲਦੀ ਆ ਗਈ ਉਦੋਂ ਆ ਕੇ ਫਿਰ ਉਹ ਤਰ੍ਹਾਂ ਹੋ ਜਾਂਦਾ ਗਾ, ਇੰਨਾ ਚਿਰ ਦਵਾਈ ਦਵੂਈ ਲਈ ਜਾਂਦਾ ਰਹਿੰਦਾ, ਬਹੁਤ ਵਧੀਆ ਫਿੱਟ ਰਹਿੰਦਾ ਗਾ, ਬੜਾ ਵਧੀਆ ਨਰਮ ਸੁਭਾਅ ਦਾ ਬੱਚਾ ਗਾ, ਪਰ ਜੋ ਪਰਮਾਤਮਾ ਨੂੰ ਭਾਵੇ ਉਹਨੂੰ ਕੋਈ ਮੋੜ ਨਹੀਂ ਸਕਦਾ। ਕੱਲ੍ਹ ਨਾ 112 'ਤੇ ਕੰਪਲੇਂਟ ਆਈ ਸੀ ਵੀ ਚੌਹਾਨਕੇ ਕਲਾਂ ਇੱਕ ਦਿਮਾਗੀ ਤੌਰ 'ਤੇ ਅਫਸਰ ਸੀ ਬੰਦਾ, ਉਹਨੇ ਆਪਣੇ ਪਿਓ ਦੇ ਅਤੇ ਆਪਣੇ ਭਰਾ ਦੇ ਸੱਟਾਂ ਮਾਰੀਆਂ। ਮੌਕੇ 'ਤੇ ਅਸੀਂ ਮੁਲਾਜ਼ਮ ਭੇਜਦੇ ਸੀ, ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਬਰਨਾਲੇ ਹੋਸਪਿਟਲ ਭੇਜਿਆ, ਜਿੱਥੋਂ ਦੋਨਾਂ ਨੂੰ ਹੀ ਫਰੀਦਕੋਟ ਰੈਫਰ ਕਰਤਾ ਬਰਨਾਲੇ ਤੋਂ। ਇਲਾਜ ਦੌਰਾਨ ਜਿਹੜਾ ਮੱਘਰ ਸਿੰਘ ਸੀ ਉਹਦਾ ਪਿਓ, ਉਹਦੀ ਮੌਤ ਹੋ ਗਈ ਹੈ, ਅਤੇ ਉਹਦਾ ਭਰਾ ਹੈ ਕੁਲਵੰਤ, ਉਹਨੂੰ ਰੈਫਰ ਕਰਤਾ DMC। ਹੁਣ ਉਹਦੇ ਵੱਡਾ ਬੇਟਾ ਪ੍ਰਗਟ ਸਿੰਘ, ਉਹਨਾਂ ਦੇ ਉਹਦੇ ਬਿਆਨਾਂ ਦੇ ਆਧਾਰ 'ਤੇ 103, 115, 115 ਵੀ ਨੇ ਪਰਚਾ ਦਰਜ ਕੀਤਾ ਹੈ, ਅਤੇ ਉਹਦਾ ਪੋਸਟਮਾਰਟਮ ਕਰਵਾ ਕੇ ਅੱਜ ਉਹਦੀ ਡੈੱਡ ਬੋਡੀ ਬੱਸਾਂ ਦੇ ਵਾਲੇ ਕਰ